ਜਾਣਕਾਰੀ ਦੇ। ਸਾਡੀ ਐਸਟੀਐਫ ਲੁਧਿਆਣਾ ਦੀ ਟੀਮ ਨੇ ਕੱਲ 93 ਅਗਸਤ ਮਹੱਲਾ ਇਕਬਾਲਗੰਜ ਤੋਂ ਦਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਇਹਦੇ ਜਦੋਂ ਬੈਗ ਦੀ ਤਲਾਸ਼ੀ ਕੀਤੀ ਤਾਂ ਇਹਦੇ ਪਾਸੋਂ ਕੁੱਲ 11,800 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਜੋ ਪਾਬੰਦੀ ਸ਼ੁਦਾ ਹਨ ਉਹ ਬਰਾਮਦ ਕੀਤੀਆਂ ਹਨ ਅਤੇ 52,000 ਰੁਪਏ ਦੀ ਭਾਰਤੀ ਕਰੰਸੀ ਨੋਟ ਜਿਹੜੇ ਇਹਨੇ ਦਵਾਈਆਂ ਵੇਚ ਕੇ ਕਮਾਏ ਹੋਏ ਸੀ ਉਹ ਬਰਾਮਦ ਕੀਤੇ ਨੇ। ਇਹਨੂੰ ਇਹਦੇ ਬਰਖਿਲਾਫ਼ ਅਸੀਂ ਮੁਕੱਦਮਾ ਨੰਬਰ 114 ਥਾਣਾ ਡਿਵੀਜ਼ਨ ਨੰਬਰ 3 ਵਿੱਚ ਦਰਜ ਕਰਾ ਕੇ ਇਹਨੂੰ ਅੱਜ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਇਹਦੇ ਪਾਸੋਂ ਅਸੀਂ ਇਹ ਪਤਾ ਲਗਾਵਾਂਗੇ ਵੀ ਇਹ ਬਰਾਮਦਾ ਨਸ਼ੀਲੀਆਂ ਗੋਲੀਆਂ ਕੈਪਸੂਲ ਕਿਸ ਪਾਸੋਂ ਲੈ ਕੇ ਆਉਂਦਾ ਅਤੇ ਅੱਗੇ ਕਿਹੜੇ ਕਿਹੜੇ ਗਾਹਕਾਂ ਨੂੰ ਸਪਲਾਈ ਕਰਦਾ। ਇਹਦਾ ਜੇ ਇਹਨੂੰ ਰਾਤ ਹੀ ਗ੍ਰਿਫਤਾਰ ਕੀਤਾ, ਇਹਦਾ ਰਿਕਾਰਡ ਪੜਤਾਲ ਅਸੀਂ ਕਰਵਾ ਰਹੇ ਹਾਂ ਇਹਦੇ ਬਾਰੇ। ਅਜੇ ਕਿੰਨੇ ਕੁ ਸਾਲ ਤੋਂ ਕੰਮ ਕਰ ਰਿਹਾ ਹੈ? ਇਹਨੇ ਇਹਦੀ ਪੁੱਛਗਿੱਛ ਦੇ ਦੱਸਿਆ ਵੀ ਕਰੀਬ 7-8 ਸਾਲ ਤੋਂ ਇਹ ਗੈਰ ਕਾਨੂੰਨੀ ਧੰਦਾ ਕਰਦਾ ਆ ਰਿਹਾ। ਇਹਨੂੰ ਜਿੱਥੇ ਸਪਲਾਈ ਕਰਦਾ ਉਹ ਵੀ ਪਤਾ ਲੱਗ ਜਾਏ ਜਿੱਥੇ ਲੈ ਕੇ ਆਉਂਦਾ। ਇਹਦੇ ਬਾਰੇ ਅੱਜ ਅਸੀਂ ਤਾਂ ਹੀ ਇਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਵੀ ਇਹੀ ਪਤਾ ਕਰਾਂਗੇ ਵੀ ਪਿੰਡੀ ਸਟਰੀਟ ਤੋਂ ਕਿਹੜੇ ਆਪਣੇ ਹੋਲਸੇਲ ਦੇ ਦੁਕਾਨ ਤੋਂ ਲੈ ਕੇ ਆਉਂਦਾ ਅਤੇ ਅੱਗੇ ਕਿਹਨਾਂ ਕਿਹਨਾਂ ਨੂੰ ਸਪਲਾਈ ਕਰਦਾ।